ਸਾਤ ਸੰਗਤ ਜਿਓ ਜਿੰਦਗੀ ਚ ਭੁੱਲ ਕੇ ਵੀ ਇਹ ਦੋ ਚੀਜ਼ਾਂ ਕਦੀ ਨਾ ਕਰਿਓ ਨਾ ਕਿਸੇ ਨੂੰ ਕਰਨ ਦਿਓ ਬੇਨਤੀ ਆਪਾਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਸੋ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਗੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਅਨੁਸ਼ਾਸਨ ਜੀ ਦੀ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਹੈ ਤੇ ਸਮਝ ਲਿਓ ਬਹੁਤ ਕੁਝ ਹੈ ਚੀਜ਼ ਜਿੰਦਗੀ ਦੇ ਵਿੱਚ ਖਾਸ ਚੀਜ਼ਾਂ ਨੇ ਖਾਸ ਤਰਤੀਬਾਂ ਨੇ ਉਹੀ ਸਫਲ ਹੈ ਨਹੀਂ ਸਫਲ ਨਹੀਂ ਨੇ ਇਹ ਯਾਦ ਰੱਖਿਓ ਸੋ ਪਿਆਰਿਓ ਜਿੰਦਗੀ ਚ ਕਦੇ ਵੀ ਸਾਨੂੰ ਕਿਸੇ ਨਾਲ ਠੱਗੀ ਨਹੀਂ ਕਰਨੀ ਚਾਹੀਦੀ ਫਰੇਵ ਨਹੀਂ ਕਰਨਾ ਚਾਹੀਦਾ ਜੇ ਅਸੀਂ ਅੱਜ ਕਿਸੇ ਨਾਲ ਕਰਾਂਗੇ ਤੇ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ ਤੇ ਅਸੀਂ ਕਿਸੇ ਨਾਲ ਠੱਗੀ ਮਾਰ ਕੇ ਕਮਾਇਆ ਹੋਇਆ ਜਿਹੜਾ ਪੈਸਾ ਹੈ ਤੇ ਜਾਂ ਫਿਰ ਕੋਈ ਵਸਤੂ ਕੋਈ ਚੀਜ਼ ਹੈ ਤੇ ਉਹਦੇ ਤੋਂ ਕਦੇ ਸੁੱਖ ਨਹੀਂ ਲੈ ਸਕਦੇ ਦੂਜੀ ਗੱਲ ਇਹ ਆ ਤੇ ਨਾਲ ਹੀ ਮੈਂ ਬੇਨਤੀ ਕਰਾਂ ਸਾਧ ਸੰਗਤ ਹੋ ਸਕਦਾ ਹੈ ਅਸੀਂ ਠੱਗੀ ਮਾਰ ਕੇ ਅਗਲੇ ਤੋਂ ਕੋਈ ਚੀਜ਼ ਕੋਈ ਵਸਤੂ ਲੈ ਲਈਏ ਹੋ ਸਕਦਾ ਹੈ ਉਹ ਵਸਤੂ ਕਿਸੇ ਦੀ ਜਾਨ ਬਚਾ ਸਕਦੀ ਹੋਵੇ ਤੇ ਅਸੀਂ ਉਹਨੂੰ ਖੋ ਲਿਆ ਉਹਦੇ ਤੋਂ ਪਾਪ ਨਹੀਂ ਕਰ ਲਿਆ ਤੇ ਹਮੇਸ਼ਾ ਸੱਚ ਬੋਲਿਓ ਕਦੇ ਝੂਠ ਦਾ ਸਹਾਰਾ ਨਾ ਲਿਓ ਜੇ ਝੂਠ ਦਾ ਸਹਾਰਾ ਲਵੋਗੇ ਕਈ ਵਾਰੀ ਉਹ ਝੂਠ ਜ਼ਿੰਦਗੀ ਤੇ ਆ ਬਣਾਉਂਦਾ ਹੈ ਇਹ ਗੱਲ ਯਾਦ ਰੱਖਿਓ ਸਾਨੂੰ ਇਸ ਚੀਜ਼ ਬਾਰੇ ਜ਼ਰੂਰ ਪਤਾ ਹੋਵੇ ਸਾਨੂੰ ਇਹਦੀ ਅਹਿਮੀਅਤ ਬਾਰੇ ਜ਼ਰੂਰ ਪਤਾ ਹੋਵੇ ਸੋ ਗੁਰਮੁਖ ਪਿਆਰਿਓ ਸਾਨੂੰ ਪਤਾ ਹੋਵੇ ਕਿ ਕੀ ਸੱਚ ਹੈ ਕੀ ਝੂਠ ਹੈ ਕੀ ਚੀਜ਼ਾਂ ਨੇ ਬਹੁਤ ਜ਼ਰੂਰਤ ਹੈ ਇਹਨਾਂ ਚੀਜ਼ਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਅਨੁਸ਼ਾਸਨ ਦੇ ਤਹਿਤ ਸਾਨੂੰ ਕਰਨੀਆਂ ਪੈਂਦੀਆਂ ਨੇ ਨਿਭਾਉਣੀਆਂ ਪੈਂਦੀਆਂ ਨੇ ਸਾਨੂੰ ਆ ਚੀਜ਼ ਕਿਵੇਂ ਕਰਨੀ ਹੈ ਕਿਹੜੇ ਹਿਸਾਬ ਨਾਲ ਕਰਨੀ ਹੈ ਕਿਹੜੇ ਹਿਸਾਬ ਨਾਲ ਇਹ ਚੀਜ਼ ਹੋਵੇ ਵਸਤੂ ਹੋਵੇ ਹਰ ਇੱਕ ਚੀਜ਼ ਹਰ ਇੱਕ ਪਹਿਲੂ ਜਿਹੜਾ ਹੈ ਉਹ ਸਾਨੂੰ ਵੇਖਣਾ ਪੈਂਦਾ ਹੈ ਹਰ ਇੱਕ ਚੀਜ਼ ਵੇਖਣੀ ਪੈਂਦੀ ਆ ਹਰ ਇੱਕ ਚੀਜ਼ ਜਾਂਚਣੀ ਪੈਂਦੀ ਆ ਸੋ ਪਿਆਰਿਓ ਇਹਦੇ ਬਾਰੇ ਸਾਨੂੰ ਜ਼ਰੂਰ ਪਤਾ ਹੋਵੇ ਇਹਦੇ ਬਾਰੇ ਜ਼ਰੂਰ ਸਾਨੂੰ ਇਸ ਗੱਲ ਦਾ ਗਿਆਨ ਹੋਵੇ ਇਸ ਚੀਜ਼ ਬਾਰੇ ਪਤਾ ਹੋਵੇ ਜ਼ਿੰਦਗੀ ਦੇ ਵਿੱਚ ਸਾਨੂੰ ਕਦੇ ਕਿਸੇ ਨਾਲ ਠੱਗੀ ਨਹੀਂ ਕਰਨੀ ਚਾਹੀਦੀ ਜ਼ਿੰਦਗੀ ਵਿੱਚ ਕਦੇ ਵੀ ਸਾਨੂੰ ਕਿਸੇ ਨਾਲ ਫਰੇਵ ਨਹੀਂ ਕਰਨਾ ਚਾਹੀਦਾ ਜਿਹੜੇ ਇਹਨਾਂ ਚੀਜ਼ਾਂ ਦਾ ਸਹਾਰਾ ਲੈਂਦੇ ਆ ਨਾ ਤੇ ਯਾਦ ਰੱਖਿਓ ਪਿਆਰਿਓ ਫਿਰ ਉਹ ਬੰਦੇ ਹਮੇਸ਼ਾ ਲਈ ਆਪਣੀ ਜ਼ਿੰਦਗੀ ਤੋਂ ਬੇਰੰਗ ਹੋ ਜਾਂਦੇ ਨੇ ਤੇ ਪਰਮਾਤਮਾ ਸਭ ਕੁਝ ਵੇਖਦਾ ਹੈ ਇਹ ਮੰਨ ਕੇ ਚੱਲਿਓ ਜਿੱਦਣ ਪਰਮਾਤਮਾ ਫਿਰ ਸਭ ਕੁਝ ਕਰਨ ਤੇ ਆਉਂਦਾ ਹੈ ਨਾ ਫਿਰ ਉਹ ਦਿਨ ਅਸੀਂ ਸਮਝਦੇ ਹਾਂ ਵੀ ਬਹੁਤ ਮਾੜਾ ਹੋ ਗਿਆ ਬੜਾ ਗਲਤ ਕਰ ਲਿਆ ਸਿਸਟਮ ਉਦੋਂ ਪਤਾ ਚੱਲਦਾ ਹੈ ਉਦੋਂ ਸਭ ਕੁਝ ਪਤਾ ਲੱਗਦਾ ਸਾਨੂੰ ਤੇ ਪ੍ਰਮਾਤਮਾ ਫਿਰ ਸਾਹਮਣੇ ਲਿਆ ਕੇ ਜ਼ਰੂਰ ਰੱਖਦਾ ਹੈ ਅੱਜ ਕਿਸੇ ਨਾਲ ਕਰਾਂਗੇ ਕੱਲ੍ਹ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ ਅੱਜ ਕਿਸੇ ਨਾਲ ਕਰਾਂਗੇ ਕੱਲ੍ਹ ਨੂੰ ਸਾਡੇ ਨਾਲ ਵੀ ਹੋਏਗਾ ਇਹ ਯਾਦ ਰੱਖਿਓ ਸੋ ਪਿਆਰਿਓ ਅਸੀਂ ਕਿਸੇ ਨਾਲ ਕਰਾਂਗੇ ਕੱਲੋ ਸਾਡੇ ਨਾਲ ਵੀ ਹੋਏਗਾ ਤੇ ਜੇ ਅਸੀਂ ਅੱਜ ਕਿਸੇ ਨਾਲ ਕਰ ਰਹੇ ਹਾਂ ਪਰਮਾਤਮਾ ਸਾਡੀ ਵਾਰੀ ਵੀ ਲਿਆ ਸਕਦਾ ਹੈ ਇਹ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਐਸੇ ਕਰਕੇ ਸਿਖਾਉਂਦੀ ਹੈ ਸਤਿਗੁਰ ਕਹਿੰਦੇ ਨੇ ਪਾਉਣੇ ਪਾਣੀ ਅਗਨੀ ਦਾ ਸੰਬੰਧ ਇਹ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮੇਲ ਹੈ ਇਹ ਸਰੀਰ ਜਦੋਂ ਫਿੰਡ ਖਾਲੀ ਹੋ ਜਾਣਗੇ ਖਿੰਡ ਜਾਣਗੇ ਸਰੀਰ ਠਹਿ ਢੇਰੀ ਹੋ ਜਾਏਗਾ ਨਾਨਕ ਕਰਮ ਹੋਵੇ ਜਪੀਐ ਕਰ ਗੁਰ ਪੀਰ ਗੁਰਮੁਖ ਪਿਆਰਿਓ ਸਤਗੁਰ ਨੇ ਇਹ ਅਹਿਸਾਸ ਕਰਾ ਦਿੱਤਾ ਕਿ ਜਦੋਂ ਮਾਲਕ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਨਾ ਤਦੋਂ ਗੁਰੂ ਪੀਰ ਦਾ ਪੱਲਾ ਫੜ ਕੇ ਮਾਲਕ ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ ਤੇ ਇਹ ਯਾਦ ਰੱਖਿਓ ਇਸ ਕਰਕੇ ਉਹਦੇ ਸਿਮਰਨ ਦੇ ਵਿੱਚ ਹਮੇਸ਼ਾ ਪਰਮਾਤਮਾ ਵਿੱਚ ਯਕੀਨ ਰੱਖਿਏ ਤੇ ਕਦੇ ਵੀ ਠੱਗੀ ਫਰੇਵ ਤੇ ਝੂਠ ਦਾ ਸਹਾਰਾ ਲੈ ਕੇ ਚੱਲਣ ਦੀ ਕੋਸ਼ਿਸ਼ ਨਾ ਕਰਿਓ ਪਿਆਰਿਓ ਨਹੀਂ ਤੇ ਫਿਰ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਰੰਗ ਬਿਰੰਗ ਹੋ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ